पंजाबी लोक चैनल, मैं अमनदीप सिंह माझा। असी पटियाले च मौजूद हाँ। पटियाले च तुहानू जानकारी दे दिए कि पेंडू खेत मजदूर जथेबंदियां वल्लों अज वड्डा प्रदर्शन किया जा रहा। पंजाब दे मुख्यमंत्री कैप्टन अमरिंदर सिंह दे महिलां दा घिराओ भी करना, रिहायश दा घिराओ करना। अते पहला भी तुसी खबरां देखियां ने कि भारतीय किसान यूनियन उगराहां ने ऐलान किया सी कि उगराहां ग्रुप वालों लंगर दा प्रबंध किया जाएगा। अते वड्डी रैली पटियाला विच शुरू हो चुकी है। तुहानू तस्वीरां सिद्धियां स्टेज दियां दिखाउणियां। पटियाला च स्टेज लगा दित्ती है देहाती मजदूर सभा पिंड इकाई डोग साहब तहसील मंडी बीरवाला क्रांतिकारी पेंडू मजदूर यूनियन पंजाब। तस्वीरां देखो वड्डी गिणती विच औरतां। पंजाब खेत मजदूर सभा वल्लों लगातार वड्डा प्रदर्शन करवाया जा रहा। तस्वीरां सिद्धियां तुसी देख रहे हो पटियाले दियां। पटियाले पावर कारपोरेशन दा दफ्तर आ, उस दे अगे शेर वाला गेट भी कहा जा सकदा। शेर वाले गेट दे बिल्कुल सामने दोए पासे रोड दे पक्की स्टेज लगाती। रोड दे उपर स्टेज आ है पटियाला गेट दे बिल्कुल, शेर वाले गेट दे बिल्कुल नाल। सो तस्वीरां तुहानू सिद्धियां दिखाउणे आ कि शुरू हो चुकिया है किसान मोर्चा, खेत मजदूर दा मोर्चा। गलबात भी करांगे। हांजी, की नाम है जी अपना? कामरेड देवी कुमारी, पंजाब खेत मजदूर सभा दी सूबा सकत्तर। किन्ना की इकट्ठ होण दा अनुमान आ ते कित्थों कित्थों अज इत्थे आगू पहुंच रहे जी? साडा इत्थे घट तो घट 7-8 हज़ार बंदा पहुंच रहा, क्योंकि जिहड़ियां असीं पहलां 3 दिन दा इत्थे मोर्चा लगातार लाया सी, जिहदे विच असीं 10-12 हज़ार बंदे दा इकट्ठ करके लगातार 3 दिन इत्थे मोर्चा ला के रख्या सी, जिहदे विच सानूं सरकार ने मीटिंग दित्ती सी, जिहड़े पंजाब सरकार दे मंत्री आ ते नाल उहनां दे जिहड़े सैकटरी सी उहनां ने, ब्रह्मिंदरा जी ने साडी मीटिंग कीती 25 अगस्त नूं। उहदे विच जिहड़ियां साडे कोल मंगां मन्नियां सी उहनां दे भी नोटिफिकेशन अजे तक जारी नहीं कीते। इस करके असीं इह सरकार नूं इह दस्सण आए आ कि जिहड़ियां सरकार ने साडियां मंगां मन्नियां सी उहनां दे जल्दी तो जल्दी नोटिफिकेशन जारी करन। जिहड़ियां मंगां दा इहनां सानूं भरोसा दित्ता सी कि असीं अपनी मीटिंग विच तय करके ते असीं ਉਹ ਸਾਰਿਆਂ ਤੁਹਾਡੇ ਮਸਲੇ ਹੱਲ ਕਰਾਂਗੇ ਤੇ ਉਹਨਾਂ ਨੂੰ ਜਲਦੀ ਤੋਂ ਜਲਦੀ ਤੁਰੰਤ ਸਰਕਾਰ ਜਿਹੜੀ ਆ ਉਹ ਮਜ਼ਦੂਰਾਂ ਦੇ ਮਸਲੇ ਹੱਲ ਕਰੇ। ਜਿੰਨੀ ਦੇਰ ਤੱਕ ਸਰਕਾਰ ਸਾਡੇ ਮਜ਼ਦੂਰਾਂ ਦੇ ਮਸਲੇ ਹੱਲ ਨਹੀਂ ਕਰਦੀ ਉਨੀ ਦੇਰ ਤੱਕ ਇਹ ਸੰਘਰਸ਼ ਜਿਹੜਾ ਲਗਾਤਾਰ ਚੱਲਦਾ ਰਹੂਗਾ। ਜਿਵੇਂ ਜਿਵੇਂ ਸਾਡੀਆਂ ਜਥੇਬੰਦੀਆਂ ਅਗਲੇ ਪ੍ਰੋਗਰਾਮ ਤੈਅ ਕਰਨਗੀਆਂ ਉਸੇ ਤਰ੍ਹਾਂ ਹੀ ਸਾਡੀਆਂ ਸੱਤੇ ਜਥੇਬੰਦੀਆਂ ਲਗਾਤਾਰ ਲੜਦੀਆਂ ਰਹਿਣਗੀਆਂ। ਵੈਸੇ ਅੱਜ ਦੀ ਪਲੈਨਿੰਗ ਕੀ? ਅੱਜ ਤੁਸੀਂ ਸ਼ੇਰ ਵਾਲੇ ਗੇਟ ਦੇ ਕੋਲ ਇੱਥੇ ਧਰਨਾ ਲਾਤਾ, ਪ੍ਰਦਰਸ਼ਨ ਕਰ ਰਹੇ ਹੋ ਤੇ ਸਟੇਜ ਲਾਤੀ ਪੱਕੀ, ਹੁਣ ਅਗਲੀ ਪਲੈਨਿੰਗ ਕੀ ਆ? ਅਗਲੀ ਪਲੈਨਿੰਗ ਆ ਕਿ ਅਸੀਂ ਕੈਪਟਨ ਅਮਰਿੰਦਰ ਸਿੰਘ ਦੇ ਮੋਤੀ ਮਹਿਲ ਦਾ ਘਰਾਓ ਕਰਨ ਜਾ ਰਹੇ ਹਾਂ। ਜਿੰਨੀ ਦੇਰ ਤੱਕ ਕੈਪਟਨ ਸਰਕਾਰ ਸਾਡੀਆਂ ਮਜ਼ਦੂਰਾਂ ਦੀਆਂ ਜਿਹੜੀਆਂ ਇਹਨਾਂ ਆਪਣੇ ਚੋਣ ਮੈਨੀਫੈਸਟੋ ਮੁਤਾਬਕ ਮੰਗਾਂ ਮੰਨੀਆਂ ਸੀ ਉਹ ਜਿੰਨੀ ਦੇਰ ਤੱਕ ਉਹਨਾਂ ਮੰਗਾਂ ਨੂੰ ਹੱਲ ਨਹੀਂ ਕਰਦੀ ਉਨੀ ਦੇਰ ਤੱਕ ਅਸੀਂ ਮੋਤੀ ਮਹਿਲ ਦਾ ਘਰਾਓ ਕਰਕੇ ਰੱਖਾਂਗੇ, ਅਸੀਂ ਉਨੀ ਦੇਰ ਤੱਕ ਉੱਥੋਂ ਉੱਠਾਂਗੇ ਨਹੀਂ। ਬਿਲਕੁਲ ਜੀ। ਸੋ ਖੇਤ ਮਜ਼ਦੂਰ ਜਥੇਬੰਦੀਆਂ ਨੇ ਇੱਥੇ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮਹਿਲਾ ਦਾ ਘਿਰਾਓ ਵੀ ਕਰਾਂਗੇ ਕਹਿ ਰਹੇ ਨੇ। ਵੈਸੇ ਸ਼ੇਰ ਵਾਲੇ ਗੇਟ ਦੇ ਕੋਲ ਇੱਥੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ, ਸਟੇਜ ਲਗਾ ਦਿੱਤੀ ਹੈ। ਸੋ ਆਗੂਆਂ ਨਾਲ ਹੋਰ ਵੀ ਆਗੂ ਮੌਜੂਦ ਨੇ, ਕਰਾਂਗੇ ਗੱਲਬਾਤ। ਬਲਵਿੰਦਰ ਸਿੰਘ ਮੌਜੂਦ ਨੇ, ਸੀਨੀਅਰ ਆਗੂ। ਬਲਵਿੰਦਰ ਜੀ, ਇਕੱਠ ਕਰਤਾ ਸ਼ੁਰੂ, ਕਿੰਨਾ ਕੁ ਇਕੱਠ ਹੋਣ ਵਾਲਾ ਤੇ ਕੀ ਪਲੈਨਿੰਗ ਆ ਤੁਹਾਡੀ ਹੁਣ? 7 ਪਿੰਡੂ ਦੇ ਖੇਤ ਮਜ਼ਦੂਰ ਜਥੇਬੰਦੀਆਂ ਸੱਦੇ ਤੇ ਅੱਜ ਅਸੀਂ ਜਿਹੜਾ ਇਕੱਠ ਦੀ ਗੱਲ ਆ, ਬਹੁਤ ਵੱਡੀ ਗਿਣਤੀ ਸਾਡਾ ਇਕੱਠ ਹੋਊਗਾ। ਪੂਰੇ ਜ਼ੋਰ ਸ਼ੋਰ ਨਾਲ ਸਾਰੇ ਸਮੁੱਚੇ ਪੰਜਾਬ ਵਿੱਚ ਤਿਆਰੀ ਹੈ ਔਰ ਸਾਥੀ ਆ ਰਹੇ ਨੇ ਲਗਾਤਾਰ, ਸਵੇਰੇ 9 ਵਜੇ ਤੋਂ ਲੈ ਕੇ ਸਾਥੀ ਆ ਰਹੇ ਨੇ, ਕੋਈ ਰੇਲਾਂ ਟ੍ਰੇਨਾਂ ਰਾਹੀਂ, ਕੋਈ ਗੱਡੀਆਂ ਰਾਹੀਂ, ਔਰ ਲਾਮਸਾਲ ਇਕੱਠ ਹੋਊਗਾ। ਔਰ ਅੱਜ ਦਾ ਜਿਹੜਾ ਇਕੱਠ ਹੈ ਇਹ ਮੋਤੀ ਮਹਿਲ ਸਾਡਾ ਰੋਹ ਭਰਪੂਰ ਜਿਹੜਾ ਮਾਰਚ ਹੋਊਗਾ ਸ਼ਾਂਤਮਈ, ਠੀਕ ਹੈ ਜੀ। ਕਿਉਂਕਿ ਪਿਛਲੇ ਸਮੇਂ ਜਦੋਂ ਅਸੀਂ 9 ਅਗਸਤ ਤੋਂ ਲੈ ਕੇ 11 ਅਗਸਤ ਤੱਕ ਜਿਹੜਾ ਪੱਕਾ ਮੋਰਚਾ 3 ਦਿਨ ਦਾ ਲਾਇਆ ਸੀ, ਜਦੋਂ ਅਸੀਂ ਮੰਗ ਪੱਤਰ ਦੇਣ ਗਏ ਕੈਪਟਨ ਅਮਰਿੰਦਰ ਸਿੰਘ ਜੀ ਨੂੰ, ਉੱਥੇ ਉਹਨਾਂ ਨੇ ਸਾਡਾ ਮੰਗ ਪੱਤਰ ਲੈਣ ਵਾਸਤੇ ਨਹੀਂ ਆਏ, ਇੱਕ ਅਧਿਕਾਰੀ ਆਇਆ, ਉਹਨੂੰ ਵਿਸ਼ਵਾਸ ਦਿਵਾਇਆ ਮੀਟਿੰਗ ਦਾ, ਜੋ ਮੀਟਿੰਗ 18 ਅਗਸਤ ਰੱਖੀ ਗਈ ਸੀ ਪਰ ਉਹਨਾਂ ਐਨ ਇੱਕ ਦਿਨ ਪਹਿਲਾਂ ਉਹਨੂੰ ਪੋਸਟਪੋਨ ਕਰ ਦਿੱਤੀ ਗਈ ਔਰ ਦੁਬਾਰਾ ਮੀਟਿੰਗ ਰੱਖੀ ਗਈ। ਉਹਦੇ ਜੋ ਵੀ ਮਾਣਯੋਗ ਬ੍ਰਹਮਿੰਦਰਾ ਜੀ ਸ਼ਾਮਿਲ ਹੋਏ ਔਰ ਉਹਨਾਂ ਨਾਲ ਜਿਹਨੇ ਸੈਕਟਰੀ ਸਾਡੇ ਵੱਖ ਮਹਿਕਮਿਆਂ ਦੇ ਉਹ ਸ਼ਾਮਿਲ ਸੀ, ਉਸ ਦੇ ਬਾਵਜੂਦ ਵੀ ਉਹ ਕਹਿੰਦੇ ਅਸੀਂ ਤੁਹਾਡੇ ਵਕੀਲ ਬਣ ਕੇ ਵਿਧਾਨ ਸਭਾ 'ਚ ਗੱਲ ਕਰਾਂਗੇ, ਉਸ ਦੇ ਬਾਵਜੂਦ ਵੀ ਉਹਨਾਂ ਦੇ ਕੋਈ ਸਾਨੂੰ ਰਿਸਪੌਂਸ ਨਹੀਂ ਮਿਲਿਆ। ਇਸ ਵਾਸਤੇ ਇਹ ਦੁਬਾਰਾ 7 ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਨੂੰ ਜਿਹੜਾ ਅੱਜ ਸਾਨੂੰ ਮਜਬੂਰਨ ਜਿਹੜਾ ਇਹ ਪ੍ਰਦਰਸ਼ਨ ਕਰਨਾ ਪੈ ਰਿਹਾ, ਔਰ ਜੇ ਸਰਕਾਰ ਨੇ ਅੱਜ ਵੀ ਸਾਨੂੰ ਇਸ ਤਰ੍ਹਾਂ ਕੋਈ ਮਤਲਬ ਸਾਡੀ ਗੱਲ ਨਾ ਸੁਣੀ ਤਾਂ ਅਸੀਂ ਮਜਬੂਰ ਹੋਣਗੇ ਸਾਡੀ ਜਥੇਬੰਦੀਆਂ ਕੋਈ ਸਖਤ ਫੈਸਲਾ ਲੈਣ 'ਤੇ ਆਉਣ ਵਾਲੇ ਵਿਧਾਨ ਸਭਾ 'ਚ ਅਸੀਂ ਚੋਣਾਂ 'ਚ ਇਹਨਾਂ ਦਾ ਡਟ ਕੇ ਵਿਰੋਧ ਕਰਾਂਗੇ ਔਰ ਪਿੰਡਾਂ 'ਚ ਮਤਲਬ ਥਾਂ ਥਾਂ ਇਹਨਾਂ ਦਾ ਵਿਰੋਧ ਕਰਕੇ ਘਿਰਾਓ ਕਰਾਂਗੇ
और याद करावे चोना जोड़े वादे किए थे इन्होंने घर घर नौकरी हर मतलब ज 2500 रुपये पेनशन की गल करी और ही समुचे जो गरीब लोग बिल्कुल परमिंदर जी वैसे अज का प्रदर्शन किमें का रहने वाला हूँ जिमें इकट्ठ तुम इतने शेर वाले गेट के कोल कर रहे हो धर संबोधन हो रहा स्टेज लगी पी है इस तो बाद कैप्टन अमरिंदर सिंह के महलों वाल जावोगे महलों वाल जावे जी साडा रोह भरपूर जरा रोस मार्च होगा और मतलब शांतपूर्वक होगा साडा उत्थे मंग पत्र दे के वापस आ जाओगे ज उत्थे बैठ जाओगे प्रदर्शन करोगे करांगे प्रदर्शन करांगे जी जे साडी गल ना सुनी गई प्रदर्शन भी करांगे सारा कुछ करांगे जो मौके ते असीं मतलब साडी लीडरशिप फैसला लोग समूहिक रूप च असीं उहदे लैके मतलब दा विरोध करांगे और अगला जिहड़ा इत्थे ऐलान करांगे वी अग्गे वध साडा की अगला ऐलान की होएगा आगू ने जां लोक ने पूरे पंजाब च पहुंच रहे ने पूरे पंजाब च जी सारे मतलब इतों तक ये भिखीवंड बॉडर जो पाकिस्तान का उतों भी साथी साथी वही गिनती आए हैं सैकड़े की गिनती आए हैं चाहे वह फिरोजपुर होए चाहे मुक्तसर होए चाहे गुरदासपुर होए जी वही गिनती साढ़े साथी जोड़े वो इतने पहुँच रहे हैं और आ रहे हैं अभी 2 बजे तक इतने स्टेज चलावे उस तो बाद रोह भरपूर जो मार्च करांगे बिल्कुल जी सो खेत मजदूर जथेबंदियों ने पटियाले घेर लिया वही गिनती में आगू पहुँच रहे हैं पूरे पंजाब चो कहा जा रहा है कि पाकिस्तान के बॉडर के नेड़े तो भी आगू आ रहे हैं लगातार बलविंदर जी ने जानकारी दी आ सो तुहानू जानकारी दे दिए कि आगू कह रहे हैं कि 2 बजे तो शुरू होकर चलांगे असी कैप्टन दे महलों वल घिराओ करांगे अते साडी मंग जो भी असी उत्थे रखांगे अते अगला फैसला उत्थे सुनावांगे जे सरकार नहीं सुनदी तां लगातार प्रदर्शन वड्डे जारी रहणगे रसपिंदर प्रिंस नाल अमनदीप सिंह माझा पंजाबी लोक चैनल।